ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 78ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਕੀਤਾ ਸੰਬੋਧਨ। ਸਿੱਖਿਆ ਨੀਤੀ, ਪੌਣ ਪਾਣੀ 'ਚ ਤਬਦੀਲੀ, ਦੁਨੀਆ 'ਚ ਤੇਜ਼ੀ ਨਾਲ ਵੱਧ ਰਿਹਾ ਅਰਥਚਾਰਾ, ਸਮਾਜ ਦੇ ਵੱਖ ਵੱਖ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਪੁਲਾੜ ਨਾਲ ਸੰਬੰਧਿਤ ਅਹਿਮ ਗੱਲਾਂ ਦੇਸ਼ ਵਾਸੀਆਂ ਨਾਲ ਕੀਤੀਆਂ ਸਾਂਝੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਲਾਲ ਕਿਲ੍ਹੇ 'ਤੇ ਲਗਾਤਾਰ 11ਵੀਂ ਵਾਰ ਕੌਮੀ ਝੰਡਾ ਲਹਿਰਾਉਣਗੇ। ਪੰਜਾਬ ਦਾ ਰਾਜ ਪੱਧਰੀ ਸਮਾਗਮ ਜਲੰਧਰ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਝੰਡਾ। ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਅਟਾਰੀ ਵਾਹਗਾ ਸਰਹੱਦ ਤਿਰੰਗੇ ਦੇ ਰੰਗ ਵਾਲੀਆਂ ਰੌਸ਼ਨੀਆਂ ਨਾਲ ਜਗਮਗਾਇਆ। ਹਰ ਘਰ ਤਿਰੰਗਾ ਮੁਹਿੰਮ ਵਿੱਚ ਮਲੇਰਕੋਟਲਾ ਦਾ ਵੀ ਰਿਹਾ ਅਹਿਮ ਯੋਗਦਾਨ। ਇੱਥੋਂ ਦੀਆਂ ਗਲੀਆਂ ਵਿੱਚ ਤਿਆਰ ਕੀਤੇ ਗਏ ਨੇ ਜ਼ਿਆਦਾਤਰ ਤਿਰੰਗੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਦ੍ਰੌਪਦੀ ਮੁਰਮੂ ਨੇ 78ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਸਿੱਖਿਆ ਨੀਤੀ, ਪੌਣ ਪਾਣੀ 'ਚ ਤਬਦੀਲੀ ਅਤੇ ਪੁਲਾੜ ਨਾਲ ਸੰਬੰਧਿਤ ਕਈ ਅਹਿਮ ਗੱਲਾਂ ਦੇਸ਼ ਵਾਸੀਆਂ ਨਾਲ ਸਾਂਝੀਆਂ ਕੀਤੀਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਾਡੇ ਅੰਨਦਾਤਾ ਕਿਸਾਨਾਂ ਨੇ ਉਮੀਦਾਂ ਨਾਲੋਂ ਬਿਹਤਰ ਖੇਤੀ ਉਤਪਾਦ ਯਕੀਨੀ ਬਣਾਇਆ ਏ। ਅਜਿਹਾ ਕਰਕੇ ਉਹਨਾਂ ਨੇ ਭਾਰਤ ਨੂੰ ਖੇਤੀ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਅਤੇ ਦੇਸ਼ ਵਾਸੀਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਏ। ਹਮਾਰੇ ਅੰਨਦਾਤਾ ਕਿਸਾਨੋਂ ਨੇ ਉਮੀਦੋਂ ਸੇ ਬਿਹਤਰ ਕ੍ਰਿਸ਼ੀ ਉਤਪਾਦਨ ਸੁਨਿਸ਼ਚਿਤ ਕੀਆ ਹੈ। ਐਸਾ ਕਰਕੇ ਉਨ੍ਹੋਂਨੇ ਭਾਰਤ ਕੋ ਕ੍ਰਿਸ਼ੀ ਖੇਤਰ ਮੇਂ ਆਤਮਨਿਰਭਰ ਬਣਾਨੇ ਔਰ ਹਮਾਰੇ ਦੇਸ਼ ਵਾਸੀਆਂ ਕੋ ਭੋਜਨ ਉਪਲਬਧ ਕਰਾਨੇ ਮੇਂ ਅਮੁੱਲ ਯੋਗਦਾਨ ਦਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਭਾਰਤ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ ਅਤੇ ਛੇਤੀ ਹੀ ਇਹ ਦੁਨੀਆ ਦੇ ਸਿਖਰਲੇ 3 ਅਰਥਚਾਰਿਆਂ 'ਚ ਥਾਂ ਹਾਸਲ ਕਰ ਲਏਗਾ। ਰਾਸ਼ਟਰਪਤੀ ਨੇ ਇਸ ਦੌਰਾਨ ਭਾਰਤ ਦੀ ਅਗਵਾਈ ਵਿੱਚ G20 ਸਿਖਰ ਸੰਮੇਲਨ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦਾ ਜ਼ਿਕਰ ਵੀ ਕੀਤਾ ਅਤੇ ਆਲਮੀ ਪੱਧਰ 'ਤੇ ਦੱਖਣ ਏਸ਼ੀਆ ਦੀਆਂ ਸਮੱਸਿਆਵਾਂ ਨੂੰ ਇੱਕ ਮੰਚ ਦੇਣ ਲਈ ਕੀਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਇਹ ਹਮ ਸਭੀ ਕੇ ਲਈ ਗਰਵ ਕੀ ਬਾਤ ਹੈ ਕਿ ਭਾਰਤ ਦੁਨੀਆ ਕੀ 5ਵੀਂ ਸਭਸੇ ਬੜੀ ਅਰਥ ਵਿਵਸਥਾ ਬਣ ਗਏ ਹੈ ਔਰ ਹਮ ਸ਼ੀਘ੍ਰ ਹੀ ਵਿਸ਼ਵ ਕੀ 3 ਸ਼ੀਰਸ਼ਸਥ ਅਰਥ ਵਿਵਸਥਾਓਂ ਮੇਂ ਸਥਾਨ ਪ੍ਰਾਪਤ ਕਰਨੇ ਕੇ ਲਈ ਤਿਆਰ ਹੈ। G20 ਕੀ ਆਪਣੀ ਰਾਸ਼ਟਰਪਤੀ ਨੇ ਔਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਇੱਕੋ ਇੱਕ ਮੰਤਵ ਮਹਿਲਾ ਸਸ਼ਕਤੀਕਰਨ ਨੂੰ ਯਕੀਨੀ ਬਣਾਉਣਾ ਏ। ਯੁਵਾ ਸ਼ਕਤੀ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੀ ਸ਼ਤਾਬਦੀ ਤੱਕ ਦੇ ਅੰਮ੍ਰਿਤ ਕਾਲ 'ਚ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਵੱਲੋਂ 5 ਯੋਜਨਾਵਾਂ ਲਈ ਜਿੱਥੇ 4,10,00,000 ਨੌਜਵਾਨਾਂ ਨੂੰ ਲਾਭ ਮਿਲੇਗਾ, ਉੱਥੇ ਸਰਕਾਰ ਦੀ ਇੱਕ ਨਵੀਂ ਪਹਿਲਕਦਮੀ ਤਹਿਤ 5 ਸਾਲਾਂ ਦੌਰਾਨ 1 ਕਰੋੜ ਨੌਜਵਾਨਾਂ ਨੂੰ ਉੱਗੀਆਂ ਕੰਪਨੀਆਂ ਵਿੱਚ ਸਿਖਲਾਈ ਵੀ ਮਿਲੇਗੀ। ਹਮਾਰੇ ਸਮਾਜ ਮੇਂ ਮਹਿਲਾਓਂ ਕੋ ਕੇਵਲ ਸਮਾਨਤਾ ਕਾ ਹੀ ਨਹੀਂ ਬਲਕਿ ਸਮਾਨਤਾ ਸੇ ਵੀ
ऊपर का दर्जा दिया जाता है। हालांकि उन्हें परंपरागत पूर्वाग्रह का कष्ट भी झेलना पड़ा है, लेकिन मुझे ये जानकर खुशी होती है कि सरकार ने महिला कल्याण और महिला सशक्तिकरण को समान महत्व दिया है। रोजगार और कौशल के लिए प्रधानमंत्री की 5 योजनाओं के माध्यम से 5 वर्षों में 4 करोड़ 10 लाख युवाओं को लाभ मिलेगा। ਭਾਰਤ ਦੇ ਪੁਲਾੜ ਵਿੱਚ ਵੱਧ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਸਾਲ ਗਗਨਯਾਨ ਮਿਸ਼ਨ ਦੀ ਸ਼ੁਰੂਆਤ ਦੀ ਬਾਕੀ ਦੇਸ਼ ਵਾਸੀਆਂ ਦੀ ਤਰ੍ਹਾਂ ਉਹ ਵੀ ਉਤਸੁਕਤਾ ਨਾਲ ਉਡੀਕ ਕਰ ਰਹੇ ਨੇ। ਰਾਸ਼ਟਰਪਤੀ ਨੇ ਵਿਗਿਆਨ ਅਤੇ ਸੂਚਨਾ ਟੈਕਨੋਲੋਜੀ ਦੀ ਮਦਦ ਨਾਲ ਵੱਖ-ਵੱਖ ਖੇਤਰਾਂ 'ਚ ਦੇਸ਼ ਵੱਲੋਂ ਕੀਤੀ ਤਰੱਕੀ ਦਾ ਵੀ ਜ਼ਿਕਰ ਕੀਤਾ। ਹਾਲ ਕੇ ਵਰਸੋਂ ਮੇ ਭਾਰਤ ਨੇ ਅੰਤਰਿਕ ਅਨੁਸੰਧਾਨ ਕੇ ਖੇਤਰ ਮੇ ਅਭੂਤਪੂਰਵ ਪ੍ਰਗਤੀ ਕੀ ਹੈ। आप सभी के साथ में भी अगले साल होने वाले गगनयान मिशन के शुभारंभ की उत्सुकता से प्रतीक्षा कर रही हूँ। इस मिशन के तहत के पहले इस साल जुलाई महीने तो देश भर च लागू किए भारतीय न्याय संहिता का हवाला दिंदया राष्ट्रपति ने कहा कि 3 नवे कानून ने बस्तीवादी युग की एक होर निशानी नू हटा दिता है। राष्ट्रपति ने समाज के वख-वख वर्गों की भलाई लिए सरकार वालों चलाईया जा रही नीतियां का जिक्र करदया कहा कि समाजिक न्याय सरकार की सर्वोच्च तरजीह है। न्याय के संदर्भ में मैं ये भी उल्लेख करना चाहती हूँ कि इस वर्ष जुलाई में भारतीय न्याय संहिता को लागू करने में हमने औपनिवेशिक युग के एक और अवशेष को हटा दिया है। नई संहिता का उद्देश्य केवल दंड देने की बजाय अपराध पीड़ितों के लिए न्याय सुनिश्चित करना है। मैं इस बदलाव को स्वाधीनता सेनानियों के प्रति श्रद्धांजलि के रूप में देखती हूँ। मेरे प्यारे देशवासियों, ਪੈਰਿਸ ਓਲੰਪਿਕ ਖੇਡਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਇਹਨਾਂ ਖੇਡਾਂ ਦੌਰਾਨ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਹਿੱਸਾ ਲਿਆ ਹੈ ਅਤੇ ਦੇਸ਼ ਦੇ ਅਣਗਿਣਤ ਨੌਜਵਾਨਾਂ ਵਿੱਚ ਪ੍ਰੇਰਣਾ ਦਾ ਸੰਚਾਰ ਕੀਤਾ ਹੈ। ਉਹਨਾਂ ਪਿਛਲੇ 1 ਦਹਾਕੇ ਦੌਰਾਨ ਖੇਡਾਂ ਦੇ ਖੇਤਰ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਹਾਲ ਹੀ ਮੇ ਸੰਪੰਨ ਪੈਰਿਸ ਓਲੰਪਿਕ ਖੇਲ ਮੇ ਭਾਰਤੀ ਦਲ ਨੇ ਆਪਣਾ ਉਤਕ੍ਰਿਸ਼ਟ ਪ੍ਰਯਾਸ ਕੀਆ। मैं खिलाड़ियों की निष्ठा और परिश्रम की सराहना करती हूँ। उन्होंने युवाओं में प्रेरणा का संचार किया है। क्रिकेट में भारत ने T20 विश्व कप जीता, जिससे बड़ी संख्या में क्रिकेट प्रेमी आनंदित हुए। प्रधानमंत्री नरेंद्र मोदी भलके देश के ਪ੍ਰਧਾਨਮੰਤਰੀ ਨਰਿੰਦਰ ਮੋਦੀ ਭਲਕੇ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 11ਵੀਂ ਵਾਰ ਲਾਲ ਕਿਲ੍ਹੇ 'ਤੇ ਕੌਮੀ ਝੰਡਾ ਲਹਿਰਾਉਣਗੇ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਵਾਰ ਦੇ ਆਜ਼ਾਦੀ ਦਿਹਾੜੇ ਦਾ ਥੀਮ ਏ ਵਿਕਸਿਤ ਭਾਰਤ @2047। ਇਹ ਸਮਾਗਮ 2024 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਦੇ ਯਤਨਾਂ ਨੂੰ ਹੱਲਾਸ਼ੇਰੀ ਦੇਵੇਗਾ। ਸਮਾਗਮ ਲਈ 6,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਏ। ਲਾਲ ਕਿਲ੍ਹੇ 'ਤੇ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ ਅਤੇ ਰੱਖਿਆ ਸਕੱਤਰ ਕਰਨਗੇ। ਰੱਖਿਆ ਸਕੱਤਰ ਦਿੱਲੀ ਖੇਤਰ ਦੇ GOC ਲੈਫਟੀਨੈਂਟ ਜਨਰਲ ਭਵਨੀਸ਼ ਕੁਮਾਰ ਦੀ ਪ੍ਰਧਾਨ ਮੰਤਰੀ ਨਾਲ ਜਾਣ ਪਛਾਣ ਕਰਾਉਣਗੇ। ਮਗਰੋਂ GOC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਚ 'ਤੇ ਲੈ ਕੇ ਜਾਣਗੇ। ਸਲਾਮੀ
ਮੰਚ ਤੇ ਸਾਂਝੀ ਅੰਤਰ ਸੇਵਾ ਅਤੇ ਦਿੱਲੀ ਪੁਲਿਸ ਗਾਰਡ ਦੇ ਜਵਾਨ ਸਲਾਮੀ ਦੇਣਗੇ। ਪ੍ਰਧਾਨ ਮੰਤਰੀ ਗਾਰਡ ਆਫ ਆਨਰ ਦਾ ਨਿਰੀਖਣ ਕਰਨਗੇ। ਇਸ ਮੌਕੇ ਕਮਾਂਡਰ ਅਰੁਣ ਮਹਿਤਾ ਕਮਾਨ ਸੰਭਾਲਣਗੇ। ਗਾਰਡ ਆਫ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫਸੀਲ ਤੋਂ ਕੌਮੀ ਝੰਡਾ ਲਹਿਰਾਉਣ ਮਗਰੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਕੌਮੀ ਝੰਡਾ ਫਹਿਰਾਉਣ ਅਤੇ ਕੌਮੀ ਸਲਾਮੀ ਦੇ ਦੌਰਾਨ ਪੰਜਾਬ ਰੈਜੀਮੈਂਟ ਮਿਲਟਰੀ ਬੈਂਡ ਰਾਸ਼ਟਰ ਗੀਤ ਦੀ ਧੁਨ ਵਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ 'ਤੇ ਖੇਤਾਂ ਦੇ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ 2 ਦਿਨਾਂ ਤੱਕ ਚੱਲਣ ਵਾਲੇ ਪ੍ਰੋਗਰਾਮ ਲਈ 1000 ਤੋਂ ਵੱਧ ਕਿਸਾਨਾਂ ਅਤੇ ਉਹਨਾਂ ਦੇ ਜੀਵਨ ਸਾਥੀਆਂ ਨੂੰ ਸੱਦਾ ਦਿੱਤਾ ਏ। ਇਹਨਾਂ ਕਿਸਾਨਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ FPO ਨੁਮਾਇੰਦਿਆਂ ਵਰਗੀਆਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਲਾਭਪਾਤਰੀ ਸ਼ਾਮਲ ਨੇ। ਮੰਤਰਾਲੇ ਅਨੁਸਾਰ 15 ਅਗਸਤ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲਬਾਤ ਕਰਨ ਲਈ ਨਵੀਂ ਦਿੱਲੀ ਦੇ ਪੂਸਾ ਇੰਸਟੀਚਿਊਟ ਵਿੱਚ ਇਹ ਵਿਸ਼ੇਸ਼ ਤੌਰ 'ਤੇ ਸੱਦੇ ਮਹਿਮਾਨ ਇਕੱਠੇ ਹੋਣਗੇ। ਡਾਕਟਰੀ ਖੋਜ ਬਾਰੇ ਭਾਰਤੀ ਕੌਂਸਲ ਅਤੇ ਪੈਨੇਸੀਆ ਬਾਇਓਟੈਕ ਨੇ ਦੇਸ਼ ਦੀ ਪਹਿਲੀ ਦੇਸੀ ਡੇਂਗੂ ਵੈਕਸੀਨ ਲਈ 3ਜੇ ਗੇੜ ਦੇ ਕਲੀਨਿਕਲ ਟਰਾਇਲ ਦੀ ਸ਼ੁਰੂਆਤ ਕਰ ਦਿੱਤੀ ਏ। ਇਸ ਟਰਾਇਲ ਦੇ ਪਹਿਲੇ ਭਾਗੀਦਾਰ ਨੂੰ ਅੱਜ ਰੋਹਤਕ ਦੇ PGIMS ਵਿਖੇ ਟੀਕਾ ਲਗਾਇਆ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਇਹ ਟੀਕਾ ਇਸ ਗੇੜ ਦੇ ਭਾਗੀਦਾਰ ਭਗਵਤ ਦਿਆਲ ਸ਼ਰਮਾ ਨੂੰ ਲਗਾਇਆ ਗਿਆ ਏ। ਉਹਨਾਂ ਕਿਹਾ ਕਿ ਭਾਰਤ ਦੀ ਪਹਿਲੀ ਡੇਂਗੂ ਇੰਜੈਕਸ਼ਨ ਲਈ 3ਜੇ ਪੜਾਅ ਦੀ ਕਲੀਨਿਕਲ ਤਜਰਬੇ ਦੀ ਸ਼ੁਰੂਆਤ ਡੇਂਗੂ ਖਿਲਾਫ਼ ਸਾਡੀ ਲੜਾਈ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦੀ ਏ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਿਸ਼ੇਸ਼ ਡਾਇਰੈਕਟਰ ਰਾਹੁਲ ਨਵੀਨ ਨੂੰ ED ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਏ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ IRS ਅਧਿਕਾਰੀ ਰਾਹੁਲ ਨਵੀਨ ਨੂੰ ED ਡਾਇਰੈਕਟਰ ਵਜੋਂ ਅਹੁਦੇ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਜਾਂ ਅਗਲੇ ਹੁਕਮਾਂ ਤੱਕ 2 ਸਾਲਾਂ ਲਈ ਇਸ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਏ। ਦੂਜੇ ਪਾਸੇ ਕੇਂਦਰ ਸਰਕਾਰ ਨੇ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ ਨੂੰ ਨਵਾਂ ਗ੍ਰਹਿ ਸਕੱਤਰ ਨਿਯੁਕਤ ਕੀਤਾ ਏ। ਉਹ ਮੌਜੂਦਾ ਗ੍ਰਹਿ ਸਕੱਤਰ ਅਜੇ ਭੱਲਾ ਦੀ ਥਾਂ ਲੈਣਗੇ। ਅਜੇ ਭੱਲਾ ਦਾ ਕਾਰਜਕਾਲ 22 ਅਗਸਤ ਨੂੰ ਮੁਕੰਮਲ ਹੋ ਰਿਹਾ ਏ। ਆਜ਼ਾਦੀ ਦਿਵਸ ਦੇ ਸੰਬੰਧ 'ਚ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਜਲੰਧਰ ਵਿਖੇ ਮਨਾਇਆ ਜਾਵੇਗਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਅਤੇ ਡਿਪਟੀ ਸਪੀਕਰ ਜੈਕਿਸ਼ਨ ਅਰੋੜੀ ਰੂਪਨਗਰ ਵਿਖੇ ਕੌਮੀ ਝੰਡਾ ਲਹਿਰਾਉਣਗੇ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ, ਨਵੀਂ ਅਤੇ ਨਵਿਆਉਣਯੋਗ ਮੰਤਰੀ ਅਮਨ ਅਰੋੜਾ ਫਾਜ਼ਿਲਕਾ, ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਬਰਨਾਲਾ, NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤਰਨ ਤਾਰਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਸੰਗਰੂਰ, ਮਾਲ ਅਤੇ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਪਠਾਨਕੋਟ, ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਗੁਰਦਾਸਪੁਰ, ਟਰਾਂਸਪੋਰਟ ਅਤੇ ਪੇਂਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ, ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ SAS ਨਗਰ, ਊਰਜਾ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਮੋਗਾ, ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੰਗਰਾਮੀ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਮਾਨਸਾ, ਲੇਬਰ ਅਤੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨਮਾਨ SBS ਨਗਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਲੁਧਿਆਣਾ, ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਵਿਖੇ ਕੌਮੀ ਝੰਡਾ ਲਹਿਰਾਉਣਗੇ।
ਭਾਰਤ ਭਲਕੇ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾਵੇਗਾ। ਇਸ ਮੌਕੇ ਅੰਮ੍ਰਿਤਸਰ ਵਿੱਚ JPC ਅਟਾਰੀ ਵਿਖੇ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਦਰਸਾਉਂਦਾ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ BSF ਵੱਲੋਂ ਵਕਾਰੀ ਬੀਟਿੰਗ ਰਿਟਰੀਟ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ BSF ਦੇ DG ਦਲਜੀਤ ਸਿੰਘ ਚੌਧਰੀ ਹੋਣਗੇ। ਸਮਾਗਮ ਦੌਰਾਨ ਸਕੂਲਾਂ, ਕਾਲਜਾਂ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਦੇਸ਼ ਦੀ ਵਿਰਾਸਤ ਨੂੰ ਦਰਸਾਉਂਦੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ। ਇਸੇ ਦੌਰਾਨ ਅੱਜ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਅਟਾਰੀ ਵਾਹਗਾ ਸਰਹੱਦ ਨੂੰ ਤਿਰੰਗੇ ਦੇ ਰੰਗ ਵਾਲੀ ਰੌਸ਼ਨੀ ਨਾਲ ਉਚੇਚੇ ਤੌਰ 'ਤੇ ਜਗਮਗਾਇਆ ਗਿਆ ਏ। ਆਜ਼ਾਦੀ ਦਿਹਾੜੇ ਦੇ ਜਸ਼ਨ ਦੀਆਂ ਤਿਆਰੀਆਂ ਸਾਰੇ ਦੇਸ਼ ਵਿੱਚ ਚੱਲ ਰਹੀਆਂ ਨੇ। ਇਸ ਦਿਹਾੜੇ ਨੂੰ ਮਨਾਉਣ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਹਰ ਘਰ ਤਿਰੰਗਾ ਮੁਹਿੰਮ ਤਹਿਤ ਲੋਕ ਤਿਰੰਗੇ ਨਾਲ ਸੈਲਫੀ ਲੈ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੇ ਨੇ। ਇਸ ਵਾਰ ਮਨਾਈ ਜਾ ਰਹੀ ਇਸ ਮੁਹਿੰਮ ਵਿੱਚ ਮਲੇਰਕੋਟਲਾ ਦਾ ਵੀ ਅਹਿਮ ਯੋਗਦਾਨ ਹੈ, ਕਿਉਂ ਜੋ ਇੱਥੋਂ ਦੀਆਂ ਗਲੀਆਂ ਵਿੱਚ ਜ਼ਿਆਦਾਤਰ ਤਿਰੰਗੇ ਤਿਆਰ ਕੀਤੇ ਗਏ ਨੇ। ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੰਜਾਬ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਦੀ ਪੁਲਿਸ ਅਤੇ ਦੇਸ਼ ਭਰ ਦੀ ਆਰਮੀ ਦੇ ਝੰਡੇ, ਫਲੈਗ ਬੈਜ ਅਤੇ ਤਿਰੰਗੇ ਝੰਡੇ ਬਣਾਏ ਜਾਂਦੇ ਨੇ। ਇਸ ਸਟੋਰ ਨੂੰ ਚਲਾ ਰਹੇ ਇਬਾਦ ਅਲੀ ਰਾਣਾ ਦਾ ਕਹਿਣਾ ਹੈ ਕਿ ਇਹਨਾਂ ਝੰਡਿਆਂ ਨੂੰ ਬਣਾਉਣ ਦਾ ਕੰਮ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਕੀਤਾ ਜਾਂਦਾ ਹੈ। ਅਸੀਂ ਆਰਮੀ ਦੇ ਝੰਡੇ ਵਗੈਰਾ ਜਾਂ ਇੰਡੀਆ ਦੇ ਝੰਡੇ ਵਗੈਰਾ ਮੈਨੂਫੈਕਚਰਿੰਗ ਕਰਦੇ ਹਾਂ। ਝੰਡੇ ਦਾ ਬਹੁਤ ਹੀ ਸਤਿਕਾਰ ਕਰਦੇ ਹਾਂ ਕਿਉਂਕਿ ਸਾਡੇ ਦੇਸ਼ ਦਾ ਝੰਡਾ ਹੈ, ਠੀਕ ਹੈ ਨਾ। ਜੁੱਤੀਆਂ ਲਾ ਕੇ, ਹੱਥ ਵਗੈਰਾ ਧੋ ਕੇ, ਵਧੀਆ ਕੁਆਲਿਟੀ ਦਾ ਕੱਪੜਾ ਲਗਾਉਂਦੇ ਹਾਂ, ਵਧੀਆ ਇਹਦੇ 'ਤੇ ਸਿਲਕ ਦੀ ਕਢਾਈ ਕਰਦੇ ਹਾਂ, ਵਧੀਆ ਧਾਗੇ ਦੀ, ਅਤੇ ਉਹਦੀ ਐਮਬਰੋਡਰੀ ਹੁੰਦੀ ਹੈ। ਰਾਸ਼ਟਰੀ ਝੰਡਿਆਂ ਨੂੰ ਤਿਆਰ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਤਿਰੰਗਾ ਸਾਡੇ ਦੇਸ਼ ਦਾ ਮਾਣ ਅਤੇ ਸ਼ਾਨ ਹੈ। ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਤਿਰੰਗਾ ਮਲੇਰਕੋਟਲਾ ਵਿੱਚ ਉਹਨਾਂ ਦੇ ਹੱਥੀਂ ਤਿਆਰ ਕੀਤਾ ਜਾਂਦਾ ਹੈ। ਹਮਾਰਾ ਝੰਡਾ ਹਰ ਕੰਟਰੀ ਮੈਂ ਪਸੰਦ ਕੀਤਾ ਜਾਂਦਾ ਹੈ, ਸਭਸੇ ਟੌਪ ਹੈ ਹਮਾਰੇ ਝੰਡਾ ਹੁੰਦਾ ਹੈ। ਔਰ ਹਮਾਰੇ ਜੋ ਦੇਸ਼ ਕੇ ਜਵਾਨ ਹੈ, ਫੌਜੀ ਹੈ, ਬਹੁਤ ਖੁਸ਼ੀ ਹੋਤੀ ਹੈ ਜਬ ਹਮੇ ਆਰਡਰ ਦੇਤੇ ਹੈ ਔਰ ਹਮ ਬੇਚਤੇ ਹੈ ਸਮਾਨ, ਤਿਰੰਗੇ ਕੋ ਦੇਖ ਕੇ ਬਹੁਤ ਖੁਸ਼ ਹੋਤੇ ਹੈ। ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਮਲੇਰਕੋਟਲਾ ਤੋਂ ਮੁਹੰਮਦ ਜਾਮਿਲ ਦੀ ਵਿਸ਼ੇਸ਼ ਰਿਪੋਰਟ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਵੀ ਦੇਖ ਸਕਦੇ ਨੇ। ਅਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।